हाँ जी, वाहिगुरु जी का खालसा, वाहिगुरु जी की फतेह। शंभू किसानी मोर्चे दे विच अज किसानां दे वल्लों इत्थे जिहड़ा गन्ने दे रस दा लंगर है वह चलाया जा रहा है। वैसे बीते कई दिनों तो इत्थे गन्ने दे रस दा लंगर है जिहड़ा किसानां दे वल्लों चलाया जा रहा है। होर भी तमाम जिहड़ियां किसानां नूं सहूलतां ने वह भी किसानां दे तक लगातार इत्थे किसान वीरां दे वल्लों पंजाब दे विचों पहुंचाईयां जा रहीयां ने। आओ सब तो पहले तो गलबात करते हैं। वाहिगुरु जी का खालसा, वाहिगुरु जी की फतेह। जी अपना नाम दस्सियो ते जथेबंदी दा नाम सी। मैं जसवीर सिंह सिद्धूपुर सूबा सीनियर मीत प्रधान पंजाब। ਇਹ ਜਿਹੜਾ ਗੰਨੇ ਦਾ ਰਸ ਹੈ ਇਹ ਆ ਭਾਈ ਸਾਹਿਬ ਨੇ ਸਤਪਾਲ ਸਿੰਘ ਦੋਵੇਂ ਭੁੱਖੜੀਆਂ ਤੇ ਧਨਾਨਸੂ ਪਿੰਡ ਉਹਨਾਂ ਵੱਲੋਂ ਸਾਂਝੇ ਤੌਰ ਤੇ ਲੰਗਰ ਲਾਇਆ ਜਾ ਰਿਹਾ ਜੀ। ਇੱਥੇ ਕਿਸੇ ਤਰ੍ਹਾਂ ਦੀ ਵੀ ਘਾਟ ਨਹੀਂ ਆਉਣ ਦਿੱਤੀ ਜਾਂਦੀ। ਪਿੰਡਾਂ ਦੇ ਵਿੱਚੋਂ ਨੇੜੇ ਵਾਲੇ ਪਿੰਡਾਂ ਤੋਂ ਵੀ ਬਹੁਤ ਸਾਰਾ ਬਹੁਤ ਪ੍ਰਕਾਰ ਦਾ ਲੰਗਰ ਇੱਥੇ ਪਰੋਸਿਆ ਜਾਂਦਾ। ਕਿਸਾਨ ਕਿਸੇ ਤਰ੍ਹਾਂ ਦੀ ਦਿੱਕਤ ਮਹਿਸੂਸ ਨਹੀਂ ਕਰਦੇ। ਜਿਹੜਾ ਇਹ ਧਰਨਾ ਹੈ ਚੜ੍ਹਦੀ ਕਲਾ ਦੇ ਵਿੱਚ ਹੈ, ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ, ਪਰ ਕਈ ਇਹ ਧਾਰਨੇ ਦੇ ਜਿਹੜੇ ਵਿਰੋਧੀ ਆ ਉਹ ਬਹੁਤ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਕਿ ਧਾਰਨਾ ਘੱਟ ਗਿਆ ਜੀ, ਧਾਰਨਾ ਐ ਹੋ ਗਿਆ, ਪਰ ਬਿਲਕੁਲ ਨਹੀਂ, ਧਾਰਨਾ ਤੁਹਾਡੇ ਸਾਹਮਣੇ ਹੀ ਆ ਚੜ੍ਹਦੀ। ਅੱਛਾ, ਇੱਕ ਇਕੱਠ ਬਾਰੇ ਦੱਸਿਓ ਕਿ ਕਿੰਨਾ ਕੁ ਇਕੱਠ ਰਹਿੰਦਾ ਇੱਥੇ? ਇਕੱਠ ਹੈ ਇੱਥੇ 20,000 ਤੋਂ ਉੱਪਰ ਦਾ ਇਕੱਠ ਰਹਿੰਦਾ, ਕੋਈ 50,000 ਦੇ ਕਰੀਬ ਇਕੱਠ ਰਹਿੰਦਾ। ਜਿਹੜੇ ਲੋਕ ਆ ਹੁਣ ਥੋੜੀ ਧੁੱਪ ਵੀ ਹੋ ਗਈ ਆ, ਗਲੀਆਂ ਦੇ ਵਿੱਚ ਵੀ ਬੈਠੇ ਰਹਿੰਦੇ ਆ, ਬਹੁਤ ਸਾਰਾ ਇਕੱਠ ਰਹਿੰਦਾ। ਇਕੱਠ ਦੀ ਕੋਈ ਕਮੀ ਨਹੀਂ ਹੈ। ਤੁਸੀਂ ਦੇਖੋਗੇ ਜਦੋਂ ਕਦੇ ਕੋਈ ਕਾਲ ਆ ਜਾਂਦੀ ਆ ਤਾਂ ਇੱਥੇ ਜਗ੍ਹਾ ਨੀ ਰਹਿੰਦੀ ਹੈਗੀ, ਇੰਨਾ ਇਕੱਠ ਹੋ ਜਾਂਦਾ। ਜਿਸ ਦਿਨ ਮਹਿਲਾ ਦਿਵਸ ਮਨਾਇਆ ਗਿਆ ਉਸ ਦਿਨ ਇੰਨੀਆਂ ਬੀਬੀਆਂ ਪਹੁੰਚ ਗਈਆਂ ਸੀ ਕਿ ਅਸੀਂ ਕਦੇ ਵੀ ਉਸ ਦਿੱਲੀ ਵਾਲੇ ਧਰਨੇ ਦੇ ਵਿੱਚ ਇੰਨਾ ਇਕੱਠ ਨਹੀਂ ਹੋਇਆ ਜਿੰਨਾ ਉਸ ਦਿਨ ਇੱਥੇ ਇਕੱਠ ਹੋਇਆ ਜਿਸ ਦਿਨ ਮਹਿਲਾ ਦਿਵਸ ਮਨਾਇਆ ਜੀ। ਹੁਣ ਵੀ ਜਦੋਂ ਕਦੇ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਾਲ ਲੈਂਦੇ ਹਾਂ ਤਾਂ ਸਾਰ ਸਮੁੱਚੇ ਪੰਜਾਬ ਚੋਂ ਹੀ ਬਹੁਤ ਸਾਰੇ ਲੋਕੀ ਇੱਥੇ ਵੀ ਆਉਂਦੇ ਨੇ ਤੇ ਖਨੌਰੀ ਬਾਰਡਰ ਤੇ ਵੀ ਪਹੁੰਚਦੇ ਨੇ, ਬਹੁਤ ਇਕੱਠ ਹੋ ਜਾਂਦਾ, ਇਕੱਠ ਤੇ ਕੋਈ ਗੱਲ ਨਹੀਂ ਜੀ। ਸਿੰਘ ਸਾਹਿਬ, ਤੁਸੀਂ ਇਸ ਲੰਗਰ ਬਾਰੇ ਹੋਰ ਜਾਣਕਾਰੀ ਦਿਓ ਕਿ ਤੁਹਾਡੇ ਨਗਰ ਦਾ ਕਿੰਨਾ ਸਹਿਯੋਗ ਆਇਆ, ਜੋ ਰਸ ਪੀੜਨ ਵਾਸਤੇ ਜਿਹੜੀ ਮਸ਼ੀਨ ਲਿਆਂਦੀ ਹੈ ਇਹ ਵੀ ਤੁਹਾਡੀ ਹੈ, ਜਾਂ ਸਾਰੀ ਜਾਣਕਾਰੀ ਦਿਓ। ਇਹ ਜੀ ਸਾਡੇ 3 ਨਗਰਾਂ ਦਾ ਇਕੱਠਾ ਇੱਕ ਸਾਂਝਾ ਲੰਗਰ ਹੈ ਜੀ ਇਹ, ਜੋ ਕਿ ਸਾਰੇ ਨਗਰ ਦੇ ਨਗਰਾਂ ਦੇ ਸਹਿਯੋਗ ਨਾਲ ਚੱਲਦਾ ਜੀ ਇਹ। ਇਹਦੇ ਵਿੱਚ ਸਾਡੇ ਕੋਲੋਂ 150 ਕੁਇੰਟਲ ਗੰਨਾ ਲੈ ਕੇ ਆਏ ਹਾਂ ਜੀ, ਹੋਰ ਵੀ ਜ਼ਰੂਰਤ ਪਊ ਗੰਨਾ ਆਜੂਗਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਜੀ, ਤੇ ਬਹੁਤ ਸਾਡੇ ਸਹਿਯੋਗ ਆ ਜੀ ਸਾਰੇ ਨਗਰਾਂ ਦਾ ਜੀ। ਤਾਂ ਸਿੰਘ ਸਾਹਿਬ, ਮੇਰਾ ਤੁਹਾਨੂੰ ਵੀ ਇੱਕ ਸਵਾਲ ਹੈ ਕਿ ਪਿਛਲੇ ਅੰਦੋਲਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਗਾਇਕ ਸਨ ਉਹਨਾਂ ਦਾ ਬੜਾ ਆਉਣਾ ਜਾਣਾ ਰਹਿੰਦਾ ਸੀ ਅੰਦੋਲਨ ਦੇ ਵਿੱਚ, ਬਹੁਤ ਗਾਣੇ ਉਹਨਾਂ ਨੇ ਗਾਏ, ਪਰ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਘੱਟ ਆ ਰਹੇ ਨੇ ਜਾਂ ਓਨਾ ਹੀ ਹੈ ਜਾਂ ਕੀ ਹੈ? ਦੇਖੋ ਜੀ, ਗਾਇਕਾਂ ਦੀ ਗੱਲ ਵੀ ਆਪਾਂ ਕਰੀਏ, ਗਾਇਕ ਵੀ ਬਹੁਤ ਆ ਰਹੇ ਨੇ, ਜਿੱਦਣ ਭਾਨਾ ਸਿੱਧੂ ਹੋਣੀ ਨੇ ਤੁਹਾਨੂੰ ਗਾਇਕ ਕਾਫੀ ਆਏ ਸੀ, ਗਾਣੇ ਵੀ ਤਕਰੀਬਨ ਕਾਫੀ ਗਾਇਕਾਂ ਨੇ ਕੱਢਤੇ ਜਿਹੜੇ ਪਿਛਲੇ ਅੰਦੋਲਨ ਦੇ ਵਿੱਚ ਜਿਹੜੇ ਗਾਇਕਾਂ ਨੇ ਆਪਣੀ ਜ਼ਰੂਰਤ ਸਮਝਦੇ ਹੋਏ ਕੰਮ ਕਰ ਗਾਣੇ ਕੱਢੇ ਸੀ, ਉਵੇਂ ਹੀ ਇਸ ਵਾਰ ਵੀ ਲਾਮਬੰਦੀ ਉਹਨਾਂ ਨੇ ਗਾਣਿਆਂ ਰਾਹੀਂ ਕਰੀ ਜਾ ਰਹੇ ਨੇ। ਤੇ ਬਾਕੀ ਜਿਹੜੇ ਇਹ ਵੀਰ ਹੋਣੀ ਨੇ ਆਪਣੇ ਭੂਫੜੀ ਆ ਧਨਾਨਸੂ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਨੇ, ਤੇ ਇਹਨਾਂ ਦਾ ਲੰਗਰ ਆ ਜਿਹੜਾ ਇਹ ਪਹਿਲਾਂ ਸਿੰਘੂ ਮੋਰਚੇ ਦੇ ਵਿੱਚ ਵੀ ਸਾਲ ਦੇ ਲਗਭਗ ਚੱਲਦਾ ਰਿਹਾ ਹੈ, ਪੂਰੀ ਸਮਾਪਤੀ ਤੇ ਆਇਆ, ਪੂਰੀ ਸਮਾਪਤੀ ਤੇ ਹਾਂ ਆਇਆ। ਤੇ ਉਹ ਸਾਰੇ ਮਤਲਬ ਤਕਰੀਬਨ ਜਿਹੜੇ ਅੰਦੋਲਨ ਲੜਨ ਵਾਲੇ ਬੰਦੇ ਨੇ, ਲੜਾਕੂ ਬੰਦੇ ਨੇ, ਸਾਰੇ ਸ਼ਾਮਲ ਨੇ ਇਸ ਟਾਈਮ। ਤੇ ਹੋ ਸਕਦਾ ਕਿਸੇ ਦੀਆਂ ਗੱਲਾਂ ਨਾਲ ਨੈਗੇਟਿਵਿਟੀ ਨਹੀਂ ਆਉਂਦੀ ਹੈਗੀ, ਪਰ ਹਾਂ ਪਿੱਛੇ ਬੈਠਿਆਂ ਨੂੰ ਜਿਹੜਾ ਜ਼ਰੂਰ ਬੇਨਤੀ ਕਰਦੇ ਹਾਂ ਵੀ ਪੂਰੀ ਜਿਹੜਾ ਮੋਰਚਾ ਤੇ ਲੰਗਰ ਬਾਬੇ ਨਾਨਕ ਦਾ ਜਿਹੜਾ 20 ਰੁਪਏ ਲੰਗਰ ਚਲਾਇਆ ਸੀ ਉਹ ਅੱਜ ਵੀ ਉਹ ਬਰਕਰਾਰ ਆ, ਉਵੇਂ ਹੀ ਚੱਲ ਰਿਹਾ, ਕਿਸੇ ਚੀਜ਼ ਦੀ ਕਮੀ ਨਹੀਂ। ਅਸੀਂ ਬੇਨਤੀ ਉਹਨਾਂ ਨੂੰ ਕਰਦੇ ਹਾਂ ਵੀ ਪਹੁੰਚੋ, ਵੱਧ ਤੋਂ ਵੱਧ ਹਾਜ਼ਰੀ ਭਰੋ, ਅੰਦੋਲਨ ਦਾ ਹਿੱਸਾ ਬਣੋ ਜੀ। ਤਾਂ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦਾ ਪਹਿਲਾਂ ਦਿੱਲੀ ਅੰਦੋਲਨ ਸੀ ਉਸੇ ਤਰ੍ਹਾਂ ਦਾ ਇਹ ਅੰਦੋਲਨ ਹੈ, ਉਸ ਤੋਂ ਵੀ ਵਧੇਰੇ ਇਕੱਠ ਹੈ ਜਿਹੜਾ ਇੱਥੇ ਹੁੰਦਾ ਆ। ਉਸੇ ਤਰ੍ਹਾਂ ਜਿਹੜੇ ਲੰਗਰ ਪ੍ਰਬੰਧ ਨੇ ਉਹ ਵੀ ਇੱਥੇ ਕੀਤੇ ਜਾ ਰਹੇ ਨੇ, ਗੰਨੇ ਦਾ ਰਸ ਹੈ, ਕੱਪੜੇ ਧੋਣ ਦੀਆਂ ਮਸ਼ੀਨਾਂ ਇੱਥੇ ਆ ਚੁੱਕੀਆਂ ਨੇ, ਹਰ ਪ੍ਰਕਾਰ ਦੇ ਕਿਸਾਨਾਂ ਨੂੰ ਜਿਹੜੀ ਸਹੂਲਤਾਂ ਦੇਣ ਵਾਸਤੇ ਉਹ ਇੱਥੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਤਾਂ ਇਹ ਅੱਜ ਇੱਥੇ ਗੰਨੇ ਦਾ ਰਸ ਹੈ ਜਿਹੜਾ ਪਿਛਲੇ ਕਈ ਦਿਨ ਤੋਂ ਨਿਰੰਤਰ ਚੱਲ ਰਿਹਾ, ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।